ਭਲਾਈ ਦਾ ਤਾਂ ਯਾਰ ਦੋਸਤੋ ਜ਼ਮਾਨਾ ਹੀ ਨਹੀਂ ਰਿਹਾ। ਪਹਿਲਾਂ ਮੈਂ ਵਕੀਲ ਹੁੰਦਾ ਸੀ ਪਰ ਮੈਂ ਕੰਮ ਹੀ ਛੱਡਤਾ। ਮੇਰੇ ਕੋਲ ਇੱਕ ਪਹਿਲਾ ਹੀ ਕੇਸ ਆਇਆ ਤੇ ਮੁਲਜ਼ਮ ਕਹਿੰਦਾ, ਵਕੀਲ ਸਾਹਿਬ ਕੋਸ਼ਿਸ਼ ਕਰਿਓ ਕਿ ਉਮਰ ਕੈਦ ਹੋ ਜੇ ਪਰ ਫਾਂਸੀ ਨਾ ਹੋਵੇ। ਮੈਂ ਕਿਹਾ, ਜੀ ਤੁਸੀਂ ਚਿੰਤਾ ਨਾ ਕਰੋ। ਪੇਸ਼ੀ ਤੋਂ ਬਾਅਦ ਭਾਈ ਮੁਲਜ਼ਮ ਦੇ ਘਰ ਵਾਲਿਆਂ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ ਵਕੀਲ ਸਾਹਿਬ। ਮੈਂ ਕਿਹਾ, ਬਹੁਤ ਮੁਸ਼ਕਲ ਨਾਲ ਉਮਰ ਕੈਦ ਕਰਾਈ ਆ, ਜੱਜ ਤਾਂ ਉਹਨੂੰ ਰਿਹਾ ਕਰਨ ਲੱਗਾ ਸੀ। ਉਹਨਾਂ ਨੇ ਮੈਨੂੰ ਫੜ ਕੇ ਬਹੁਤ ਕੁੱਟਿਆ। ਤੁਸੀਂ ਦੱਸੋ ਇਹਦੇ 'ਚ ਕੁੱਟਣ ਵਾਲੀ ਕਿਹੜੀ ਗੱਲ ਸੀ? ਦੋਸਤੋ ਕੱਲ ਮੇਰਾ ਬਬਲੂ ਦੋਸਤ ਜਹਾਜ਼ ਤੋਂ ਭਾਈ ਕਰਨਾਲ ਆਇਆ। ਜਦੋਂ ਭਾਈ ਉਹ ਏਅਰਪੋਰਟ 'ਤੇ ਉਤਰਨ ਲੱਗਾ ਤਾਂ ਉੱਥੋਂ ਦੀ ਏਅਰ ਹੋਸਟਸ ਕਹਿੰਦੀ, ਸਰ ਕਿਵੇਂ ਦਾ ਲੱਗਿਆ ਜਹਾਜ਼ ਦਾ ਮਾਹੌਲ? ਕਮੀਨਾ ਕਹਿੰਦਾ, ਬਿਲਕੁਲ ਘਰ ਵਰਗਾ, ਨਾ ਕੋਈ ਘਰੇ ਮੂੰਹ ਲਾਉਂਦਾ ਨਾ ਇੱਥੇ ਕਿਸੇ ਨੇ ਲਾਇਆ, ਕਦੇ ਕਦੇ ਸੱਚ ਵੀ ਨਿਕਲ ਜਾਂਦਾ ਮੂੰਹ 'ਚੋਂ।